तीन लोग देवती परमात्मा जी मेरी अडनोत बंदना लोग देवती परमात्मा मेरी अडनोत बंदना Thank you.
जग रचना सब झूठ है, जान ले ओ रे
ਅਰਦਾਸ ਕਰਨ ਵਾਸਤੇ ਸੋ ਸਸਰੀਓ ਇਹ ਸੰਸਾਰ ਨੂੰ ਸਾਰਿਆਂ ਨੇ ਛੱਡ ਕੇ ਚਲੇ ਜਾਣ ਜਗਰੰਜਨਾ ਸਭ ਝੂਠ ਹੈ ਜਾਣ ਲੈ ਉਹਨੇ ਮੀਤ ਕਹਿ ਨਾਲ ਕਿੱਥੇ ਨਾਲ ਹੈ ਜਿਉਂ ਬਾਲੂ ਕੀ ਇਹ ਸੰਸਾਰ ਨੂੰ ਸਾਰੇ ਹੀ ਛੱਡ ਕੇ ਚਲੇ ਜਾਣਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਿਆ ਜਾਣੋ ਕਿ ਮਰੋਗੇ ਕੈਸਾ ਮਰਨਾ ਹੋਵੇ ਜੇ ਸਾਹਿਬ ਮਰੋ ਨਾ ਵਿਸਰੇ ਤੇ ਸਹਿਲਾ ਮਰਨਾ ਸਤਿਗੁਰੂ ਜੀ ਕਿਰਪਾ ਕਰਨ ਸਿੱਖ ਨੂੰ ਆਪਣੇ ਚਰਨਾਂ ਦੇ ਨਾਲ ਲਾਈ ਰੱਖਣ ਤਾਂ ਹੀ ਸਿੱਖ ਦਾ ਜਿਹੜਾ ਜੀਵਨ ਹੈ ਉਹ ਸਫਲ ਭਾਈ ਸੰਸਾਰ ਨੂੰ ਛੱਡ ਕੇ ਬੜੇ ਵੱਡੇ ਵੱਡੇ ਚਲੇ ਗਏ ਨੇ ਜਿਨ੍ਹਾਂ ਦਾ ਵਰਣਨ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ ਲਿਖਦੇ ਨੇ ਜੀ ਐਸੇ ਪੈਰਾ ਜਾਤੀ ਸਤਿ ਸ਼੍ਰੀ ਅਕਾਲ।
जो तू करे मेरी मेरी तेरी बिना पाई सही तेरी बिना पाई सही तेरे जैसे कंगले ऐसे पै राजा तीन लोक में नगारा बजा जाके रथ पैर सो सातो सिंधु खाते हैं अरब खरब दर्द जाकर कोट बल से आवाज एडे एडे बड़े राजे संसार के होके चले गए एक बार हाथ लिए बैरी सब डांटे वो भी तुर गए उनका नाम होगा कूले कभी कभी सिमरती पुराण में आते हैं जो तू करे मेरी मेरी तेरी पीना पही सही तेरे जैसे कंगरे हजारों काल काटे सत्संगियो शास्त्र ने भी लिखिया है एक बार सब कह के आखो धन श्री गुरु गोबिंद सिंह सच्ची पातशाह श्री गुरु गोबिंद सिंह सच्चे पातशाह जी अकाल लिखते हैं कि योगी यदि ब्रह्मचारी बड़े बड़े शतरधारी शतन ही की छाया कई कोस चलते हैं बड़े बड़े राज के दावत फिर देश बड़े बड़े उम्र द्रप को दलत है मां से भी प्यो गरीब कैसे चतरधारी बड़ो अपमान को जिटाने को गर्त है दारा से गरीब से गजोदर से मानकारी भोग 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 अंत है ये तो सारे ही चले जाना है इस साल पढ़ने होने से एक दुनिया सुहागा एक दिन छड़ Yeah,
ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਜਗ ਰਚਨਾ ਸਭ ਚੀਜ਼ ਇਹ ਸੰਸਾਰ ਇੱਕ ਤਮਾਸ਼ੇ ਦੀ ਤਰ੍ਹਾਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਕਿਰਪਾ ਕੀਤੀ ਹੈ, ਕਹਿਣ ਲੱਗੇ ਮੈਂ ਹੁਣ ਪਰ ਤੁਰਕ ਉਦਾਸਾ ਦੇਖਣ ਆਇਓ ਜਗਤ ਤਮਾਸ਼ਾ। ਸੰਸਾਰ ਨਾਸਵਾਨ ਹੈ ਪਰ ਇਹ ਸੰਸਾਰ ਦੇ ਉੱਤੇ ਆ ਕੇ ਚੰਗੇ ਕੰਮ ਕਰਨੇ, ਚੰਗਿਆਂ ਦੀ ਸੰਗਤ ਕਰਨੀ ਇਹ ਸ਼ੁਭ ਕਰਮ ਹੈ। ਪਰ ਸਤਸੰਗੀਓ ਇਹ ਜਿਹੜਾ ਕਾਲ ਹੈ ਨਾ, ਇਹ ਕਿਸੇ ਦਾ ਲਿਹਾਜ ਨਹੀਂ ਕਰਦਾ। ਐਸੋ ਇਹ ਸੰਸਾਰ ਵੇਖਣਾ ਬੂਟੇ ਬਾਰੇ ਤੁਰਨਾ ਭਈਆ ਸਭ ਨੂੰ ਜਮ ਲੈ ਰਹੀਆਂ ਨੇ। ਮਾਨਸ ਮੁਸਰਾ ਮੁਸਰਾ ਬੂਪਰਾ ਕੀਨੋ ਮੀਚ ਬਲਈਆ ਕਰੀਆ ਨੇ ਧਨਵਤਾ ਨਿਧਨ ਮਨ ਹੀ ਡਾਕੂ ਪਸੀਨਾ ਕਾਮੀ ਰੇ ਤੇ ਅੱਗੇ ਲਿਖਦੇ ਨੇ ਜੀ ਰਾਜਾ ਪਰ ਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ ਰੇ ਪਰ ਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ ਰੇ ਜਿੰਨੀ ਕਮੀ ਨਹੀਂ ਗੁਣ
ਤੈ ਕਪੜੇ ਵਿਸਾਰ ਮਤ ਸਰਮਿੰਦਾ ਥੀਮ ਸੀ ਸਾਈਂ ਦੇ ਦਰਬਾਰ। ਉਹ ਚੰਗਾ ਕੰਮ ਕਰ ਤੇ ਇਹ ਸਭ ਕੁਛ ਸੰਸਾਰ ਤੋਂ ਚਲੇ ਜਾਣਾ, ਪਰ ਸਾਧ ਸੰਗੀ ਸੰਸਾਰ ਤੇ ਰਹਿੰਦਾ ਕੀ ਹੈ? ਨਾਮ ਹੋ ਸਾਧੂ ਨਾਮ ਰਹੋ ਸਾਧੂ ਰਹੋ ਗੁਰ ਗੋਬਿੰਦ ਕਹਰਾਨ ਗੇ ਜਗਤ ਮੈਂ ਕਿਉਂ ਜਪਿਓ ਗੁਰ ਮੰਤਰ ਸਾਧੂ ਦਾ ਨਾਮ ਰਹਿੰਦਾ ਜਾਂ ਸਾਧੂ ਦੇ ਸਾਧੂ ਰਹਿੰਦੇ ਬਗੈਰ ਸਾਧੂ ਤੋਂ ਇਹ ਭਗਤ ਤੋਂ ਪਾਰ ਕੋਈ ਵੀ ਨਹੀਂ ਕਰ ਸਕਦਾ ਤੇ ਸਾਧੂ ਕੀ ਕਰਦਾ ਹੈ ਕਿ ਗੁਰ ਲਾਗਾ ਤਬ ਜਾਣੀ ਹੈ ਮੇਰੇ ਮੋਹ ਤਰ ਤਾਪ ਹਰ ਸੋਗ ਦਾ ਜੈ ਨਹੀਂ ਤਾਂ ਫਿਰ ਆਪੈ ਤਿੰਨ ਪ੍ਰਕਾਰ ਦਾ ਤਾਪ ਹੈ ਆਦ ਵਿਆਹ ਤੇ ਉਪਾਦ ਇਹ ਉਤਾਰਦਾ ਕੌਣ ਹੈ ਇਹ ਤਾਪਾਂ ਦਾ ਇਲਾਜ ਕੀ ਹੈ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਆਪਣੇ ਸਰਗੋ ਦੇ ਚਰਨ ਅਰਦਾਸ ਕਰਨੀ ਤੇ ਆਪਣੇ ਸਰਗੁਰੂ ਦਾ ਵਚਨ ਮੰਨਣਾ ਸਰਗੁਰੂ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਬੰਦਗੀ ਇੱਕ ਵਾਰ ਸਭ ਕਹਿ ਜੀ ਕਹਿ ਕੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਜੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਜੇ ਪਾਤਸ਼ਾਹ ਦੇ ਉਪਦੇਸ਼ ਆਉਂਦਾ ਹੈ ਕਿ ਜਿਹੜਾ ਸਤਿਗੁਰੂ ਜੀ ਦਾ ਹੁਕਮ ਮੰਨਦਾ ਨਾ ਸਤਿਗੁਰੂ ਉਹਦੀ ਸਹਾਇਤਾ ਕਰ ਜੇ ਸਤਿਗੁਰੂ ਕਹਿ ਰਹੇ ਇੱਥੇ ਨਹੀਂ ਜਾਣਾ ਹੈ ਨਾ ਜਾਓ ਪਰ ਸਾਧ ਸੰਗੀ ਸਤਿਗੁਰੂ ਦਰਗਾਹ ਦਾ ਮਾਲਕ ਹੁੰਦਾ ਹੈ ਇਹ ਸੰਸਾਰ ਨੂੰ
ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਕਿਸ ਗੱਲ ਦਾ ਕਿ ਮੈਂ ਚਲੇ ਜਾਣ ਜੇਕਰ ਇੱਥੋਂ ਜਾਣ ਦੀ ਸਾਰ ਹੋਵੇ ਨਾ ਤਾਂ ਇਨਸਾਨ ਜਿਹੜਾ ਉਹ ਸਤਗੁਰ ਸੱਚੀ ਪਾਤਸ਼ਾਹੀ ਦੇ ਚਰਨਾਂ ਨਾਲ ਜੁੜ ਗਿਆ ਸਤਗੁਰੂ ਸਤਵਾਦੀ ਜਿਤ ਨਾਤੇ ਕਹੂਆ ਹੰਸ ਹੋ ਗਿਆ ਸੋ ਮੈਂ ਅਰਜ ਕਰ ਰਿਹਾ ਸੀ ਕਿ ਪੰਜ ਖੰਡ ਨੇ ਪਹਿਲਾ ਕਿਹੜਾ ਹੈ ਗਿਆਨ ਖੰਡ ਇਨਸਾਨ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗਿਆਨਵਾਨ ਹੋ ਜਾਂਦਾ ਹੈ ਪਰ ਗਿਆਨ ਵੱਧਦਾ ਕਦੋਂ ਹੈ ਗਿਆਨ ਦੇ ਵਿੱਚ ਵਾਧਾ ਕਦੋਂ ਹੁੰਦਾ ਹੈ ਤਾਂ ਭਗਤ ਰਾਮ ਦਿੱਤਾ ਜੀ ਲਿਖਦੇ ਨੇ ਗਿਆਨ ਵਧਾ ਗੁਣਵਾਨ ਕੀ ਸੰਗਤ ਧਿਆਨ ਵਧਾ ਤਪਸੀ ਸੰਗ ਕੀਨੇ ਮੋਹ ਵਧਾ ਪਰਿਵਾਰ ਕੀ ਸੰਗਤ ਕਾਮ ਵਧਾ ਕਿਰਿਆ ਸੰਗ ਕੀਨੇ ਉਦਮ ਸੋ ਦ੍ਰਿਧ ਘਟੈ ਕਵੀ ਜਾ ਸੋ ਸਤ ਸੰਗਤ ਕੀਨੇ ਗਿਆਨ ਘਟਦਾ ਕਦੋਂ ਹੈ ਗਿਆਨ ਘਟੈ ਨਰ ਮੂੜ ਕੀ ਸੰਗਤ ਪਿਆਰ ਘਟੈ ਬਿਨ ਧੀਰਜ ਆਏ ਮਾਨ ਘਟਾ ਜਬ ਹੀ ਕਿਛ ਮੰਗਤ ਪ੍ਰੀਤ ਘਟੈ ਨਿਤ ਮਿਲ ਕੇ ਜਾਏ ਗਰਭ ਘਟੈ ਜੂਏ ਜੰਗ ਮੱਖੇ ਰਤ ਤੇ ਪਾਪ ਘਟੈ ਹਰ ਕੇ ਗੁਣ ਗਾਏ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਨਸਾਨ ਨੂੰ ਉਹ ਫਿਰ ਸੋਚਦਾ ਹੈ ਕਿ ਚੰਗਾ ਮਾੜਾ ਕੀ ਜਦੋਂ ਆਪਣੇ ਕੀਤੇ ਕਰਮਾਂ ਦਾ ਇਨਸਾਨ ਵਿਚਾਰ ਕਰਨ ਲੱਗ ਜਾਵੇ ਸਮਝੋ ਜ਼ਿੰਦਗੀ ਬਣ ਜਾਂਦੀ ਪਰ ਉਹ ਬਣਨੀ ਤਾਂ ਹੈ ਜਿੰਨਾ ਚਿਰ ਸੰਗ ਦੇ ਚਰਨਾਂ ਨਾਲ ਨਹੀਂ ਜੁੜਦਾ ਉਹ ਸੋਝੀ ਨਹੀਂ ਹੋ ਸਕਦੀ ਸਹਿਬ ਗੁਰਬਾਣੀ ਲਿਖਦੇ ਨੇ ਤੁਰਕ ਤਰੀਕਤ ਜਾਣੀਐ ਹਿੰਦੂ ਭੇਦ ਪੁਰਾਣ ਤੁਰਕ ਤਰੀਕਤ ਜਾਣੀਐ ਹਿੰਦੂ ਭੇਦ ਪੁਰਾਣ ਤੁਰਕ ਤਰੀਕਤ ਜੀ 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 ਜੀ
ਕਿ ਵਿੱਚ ਦੁਨੀਆਂ ਸੇਵ ਗਵਾਈਏ ਤਾਂ ਦਰਗਹਿ ਬੈਸਲ। ਕਿਉਂਕਿ ਜੇ ਦਰਗਾਹ ਦੇ ਵਿੱਚ ਜਾ ਕੇ ਸੁਖ ਲੈਣਾ ਹੈ ਤਾਂ ਆਪਣੇ ਸਤਿਗੁਰੂ ਦੇ ਹੁਕਮ ਅਨੁਸਾਰ ਸੇਵਾ ਕੀਤੀ ਸਫਲ ਹੁੰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਦੇ ਸਾਰ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨੇ ਆਪਦੇ ਪਾਪ ਸੰਭਲ ਬੰਨੇ, ਪਾਪਾਂ ਦਾ ਨਾਸ਼ ਕਰ ਦਿੰਦੀ ਹੈ ਜਿਹੜੀ ਸੇਵਾ। ਇਹ ਸਰਵ ਖੰਡ ਦੇ ਵਿੱਚ ਆ ਕੇ ਇਨਸਾਨ ਸੇਵਾ ਕਰਦਾ। ਤੇ ਅੱਗੇ ਸਾਧ ਸੰਗਤ ਜੀ ਆ ਗਿਆ ਸੱਚ ਖੰਡ। ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਅਰਪਣ ਕਰਦੇ ਹੋਏ ਇੱਕ ਥਾਂ ਦੀ ਲੰਘਦੇ ਨੇ, ਉੱਥੇ ਇੱਕ ਸੇਠ ਖੜੋਤਾ ਹੈ ਤੇ ਗਰੀਬ ਨੂੰ ਆ ਜੀ ਵੱਲ ਦੇਖ ਕੇ ਉਹਦਾ ਸਿਰ ਝੁੱਕ ਗਿਆ ਤੇ ਕਹਿਣ ਲੱਗੇ ਜੀ ਆਪ ਜੀ ਕੀ ਛਕੋਗੇ। ਸਤਿਗੁਰੂ ਜੀ ਚੁੱਪ ਰਹੇ ਤੇ ਇਹਨੇ ਕਿਹਾ ਜੀ ਮੈਂ ਹੋਰ ਤਾਂ ਕੋਈ ਜਿੱਤੇ ਜਲਦੀ ਸੇਵਾ ਤੱਕਰਾਂ ਵਾ। ਜਲ ਛਕਾਇਆ, ਜਦੋਂ ਜਲ ਛਕਾਇਆ ਨਾ ਤੇ ਕਹਿਣ ਲੱਗੇ ਜੀ ਮੇਰਾ ਅਗਲਾ ਸਮਾਂ ਨੇੜੇ ਆਉਣ ਵਾਲਾ ਹੈ। ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਇੱਕ ਘੜੀ ਦਾ ਤੈਨੂੰ ਸਵਰਗ ਮਿਲੇਗਾ, ਬੈਕੁੰਠ ਧਾਮ ਦੀ ਇੱਕ ਘੜੀ ਤੈਨੂੰ ਮਿਲੇਗੀ। ਕਹਿੰਦਾ ਜੀ ਸੱਤ ਵਜੋਂ ਕੋਈ ਸਮਾਂ ਲੰਘਿਆ, ਇਹ ਸੇਵ ਦਾ ਜਿਹੜਾ ਸੀ ਆਖਰੀ ਸਮਾਂ ਨੇੜੇ ਆ ਗਿਆ। ਇਹਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਗਿਆ ਨਾ ਤੇ ਉੱਥੇ ਹਿਸਾਬ ਕਿਤਾਬ ਹੁੰਦਾ ਹੈ। ਕਿਉਂਕਿ ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏ। ਪਰ ਸਾਡੇ ਸੈਂਸਣੇ ਨਹੀਂ ਮੰਨਦੇ ਵੀ ਧਰਮ ਰਾਜ ਹੈਗਾ। ਪਰ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਅੰਕਿਤ ਕਰ ਦਿੱਤਾ ਉਹਨੂੰ ਝੂਠਾ ਕਰਨ ਵਾਲਾ ਕੋਈ ਜਨਮੇ ਨਹੀਂ ਅੱਜ ਤੱਕ। ਤੁਰਕੀ ਬਾਣੀ ਆਈ ਸਗਲੀ ਚਿੰਤ ਮਤ। ਸਾਡੇ ਸਤਿਗੁਰੂ ਜੀ ਇੱਕ ਵਾਰ ਸਭ ਗੱਲ ਕਿਹਾ ਕੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਮੈਂ ਸੁਣਿਆ ਕਿ ਕਹਿੰਦੇ ਨੇ ਕਿ ਜਿਹੜਾ ਇਨਸਾਨ ਗੁਰਬਾਣੀ ਸ਼ੁੱਧ ਪੜ੍ਹਦਾ ਨਾ ਉਹ ਮੈਨੂੰ ਬੜਾ ਪਿਆਰਾ ਲੱਗਦਾ। ਪਿਛਲੇ ਦਿਨੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਸਾਨੂੰ ਜੀ ਨੇ ਜਿਹੜੇ ਉਸਤਾਦ ਲੋਕ ਪਾਠ ਸਿਖਾਉਣ ਵਾਲੇ ਪਾਠ ਸੁਣਨ ਵਾਲੇ ਇਕੱਠੇ ਕੀਤੇ ਤੇ ਦੂਰ ਦੂਰ ਤੋਂ ਪਾਠੀ ਸੱਦ ਕੇ ਉਹਨਾਂ ਨੂੰ ਕਿਹਾ ਕਿ ਆਪਣਾ ਪਾਠ ਸ਼ੁੱਧ ਕਰੋ। ਇਹੋ ਜਿਹਾ ਕਰਮ ਜਿਹੜਾ ਸਾਧ ਸੰਗਤ ਜੀ ਸਾਨੂੰ ਵੀ ਕਰਾ ਸਕਦਾ। ਸੋ ਮੇਰੇ ਕਹਿਣ ਦਾ ਭਾਵ ਕਿ ਇਹ ਵੀ ਸੱਚੀ ਗੱਲ ਹੈ ਕਿ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏ, ਜਿਉਂ ਜਮ ਆਏ ਕੇਸ ਗਏ ਪੱਟ ਕੇ। ਜਦੋਂ ਜਮ ਆਉਂਦੇ ਨੇ ਨਾ ਬੰਦੇ ਨੂੰ ਕੇਸਾਂ ਤੋਂ ਕਹਿੰਦੇ ਫੜ ਲੈਂਦੇ, ਜਿਉਂ ਜਮ ਆਏ ਕੇਸ ਗਏ ਪੱਟ ਕੇ ਤੌ ਮੁੱਖ ਕਸੂ ਨਾ ਵਸਾਏਗਾ ਤੇ ਸਿਮਰਨ ਭਜਨ ਦਇਆ ਨੀ ਕੀਨੀ ਤੇ ਤੌ ਮੁੱਖ ਜੋਟਾ। ਅਖੀਰ ਤੇ ਲਿਖਦੇ ਨੇ ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਇੱਥੇ ਨਿਬੇੜਾ ਨਹੀਂ ਹੋ ਸਕਦਾ। ਹੁੰਦਾ ਕਿੱਥੇ ਹੈ? ਜਦੋਂ ਧਰਮ ਰਾਜ ਦੀ ਕਚਹਿਰੀ ਵੀ ਚਲੇ ਜਾਂਦੇ ਤੇ ਇਹ ਸੇਠ ਜਿਹੜਾ ਸੀ ਚੜਾਈ ਕਰ ਗਿਆ, ਜਿਹੜੀ ਜੀਵ ਆਤਮਾ ਸੀ
ਉਹ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਗਈ ਤਾਂ ਉੱਥੇ ਹਿਸਾਬ ਕਿਤਾਬ ਹੋਣ ਲੱਗਿਆ। ਕਹਿਣ ਲੱਗੇ ਵੀ ਤੇਰੀ ਜਿਹੜੀ ਇੱਕ ਘੜੀ ਹੈ ਨਾ, ਉਹ ਤਾਂ ਹੈਗੀ ਵੈਕੁੰਠ ਧਾਮ ਦੀ, ਬਾਕੀ ਸਾਰੀਆਂ ਘੜੀਆਂ ਜਿਹੜੀਆਂ ਨੇ ਅੰਦਰ ਘੜੀਆਂ, ਤੂੰ ਦੱਸ ਕਿਹੜੀ ਘੜੀ ਲੈਣੀ ਹੈ। ਉਹ ਕਹਿਣ ਲੱਗਾ ਜੀ ਪਹਿਲਾਂ ਜਿਹੜੀ ਵੈਕੁੰਠ ਧਾਮ ਵਾਲੀ ਘੜੀ ਉਹੀ ਦੇ ਦਿਓ, ਬਾਕੀ ਬਾਅਦ ਹਿਸਾਬ ਕਿਤਾਬ ਦੇਖ ਲਾਂਗੇ। ਦੂਤ ਜਿਹੜੇ ਨੇ ਇਹਦੇ ਨਾਲ ਤੁਰੇ ਜਾਂਦੇ, ਅੱਗੇ ਜਾ ਕੇ ਹੱਦ ਬਣੀ ਹੈ, ਉੱਥੇ ਜਾ ਕੇ ਦੂਤ ਜਿਹੜੇ ਸੀ ਉਹ ਬੈਠ ਗਏ ਤੇ ਕਹਿਣ ਲੱਗੇ ਵੀ ਇੱਕ ਘੜੀ ਤੋਂ ਵੱਧ ਲਾ ਰਹੀ ਤੇ ਨਹੀਂ ਮਾਰ ਬੜੀ ਪਏ। ਇਹ ਹੁਣ ਅੱਗੇ ਚਲਾ ਜਾਂਦਾ ਤੇ ਅੱਗੇ ਕੀ ਵੇਖਦਾ, ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਮਾਤ ਲੋਕ ਤੇ ਦਰਸ਼ਨ ਕੀਤਾ ਸੀ ਨਾ, ਉਹਨਾਂ ਦੇ ਸਿਰ ਤੇ ਚੌਰ ਸ਼ਕਲ ਝੁਲਦੇ। ਜਦੋਂ ਜਾ ਕੇ ਦਰਸ਼ਨ ਕੀਤਾ, ਸੋਚਦਾ ਮਨਾ ਇਹ ਤਾਂ ਉਹੀ ਮੂਰਤੀ ਹੈ ਜਿਹਨੂੰ ਮੈਂ ਜਲ ਛਕਾਇਆ ਸੀ। ਸਾਨੂੰ ਤਦੋਂ ਕੀ ਨਾਤ ਹੁੰਦਾ, ਘਰ ਘਰ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਵੀਰ ਪੁਛਾ। ਗੁਰੂ ਕਿਹਾ ਹੋਇਆ ਜੇ ਉਹਨੂੰ ਇਹੀ ਨਾ ਪਤਾ ਹੋਵੇ, ਸਿੱਖ ਨੇ ਜਾਣਾ ਕਿਤੇ, ਗੁਰੂ ਬਣਨਾ ਵੀ ਸੌਖਾ ਨਹੀਂ, ਇਹ ਗੁਰੂ ਪਦਵੀ ਬਹੁਤ ਉੱਚੀ ਹੈ ਸਾਧਸੰਗ ਵਿੱਚ। ਤੇ ਜਦੋਂ ਇੱਕ ਘੜੀ ਬੀਤ ਗਈ ਤੇ ਇਹ ਉੱਠ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਜ ਕਰਦਾ, ਸੱਚੇ ਪਾਤਸ਼ਾਹ ਜੀ ਉਹ ਦੂਤ ਜਿਹੜੇ ਨੇ ਮੈਨੂੰ ਬੜੀ ਦੂਰ ਤੋਂ ਇਸ਼ਾਰੇ ਕਰ ਰਹੇ ਨੇ ਤੇ ਮੈਂ ਚਲਾ ਜਾਵਾਂ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਜਾਣਾ। ਦੂਜੀ ਘੜੀ ਫੇਰ ਬੀਤ ਗਈ, ਫੇਰ ਉੱਠ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਇਹਨਾਂ ਬੜਾ ਤੰਗ ਕਰਨਾ ਤੇ ਮੈਂ ਚਲਾ ਜਾਵਾਂ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਜਾਣਾ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਤੇ ਇਹ ਜਿਹੜੇ ਦੂਤ ਸੀ ਨਾ, ਥੱਕ ਟੁੱਟ ਕੇ ਆਪਣਾ ਕੰਮ ਸਾਰਾ ਕਰਕੇ ਧਰਮਰਾਜ ਦੇ ਕੋਲ ਚਲੇ ਗਏ ਤੇ ਧਰਮਰਾਜ ਨੂੰ ਜਾ ਕੇ ਕਹਿੰਦੇ ਨੇ ਕਿ ਮਹਾਰਾਜ ਇੱਕ ਅਸੀਂ ਬੇਨਤੀ ਕਰਨੀ ਹੈ, ਇਹ ਦੱਸੋ ਕਿ ਇਸ ਤਰ੍ਹਾਂ ਵੀ ਜਿਹੜਾ ਸਰੀਰ ਜਾਂਦਾ ਉੱਥੇ ਜਾ ਕੇ ਬਹਿ ਜਾਂਦਾ ਤੇ ਵਾਪਸ ਨਹੀਂ ਆਉਂਦਾ, ਤੇ ਜੇ ਸਾਨੂੰ ਹੁਕਮ ਦਿਓ ਤਾਂ ਅਸੀਂ ਜਾ ਕੇ ਉਹ ਜਿਹੜਾ ਆਪਣਾ ਇੱਥੇ ਇੱਕ ਘੜੀ ਵਾਸਤੇ ਗਿਆ ਸੇਠ ਦੇ ਨੂੰ ਫੜ ਕੇ ਲੈ ਜੇ। ਤਾਂ ਉੱਥੇ ਫਿਰ ਧਰਮਰਾਜ ਨੇ ਜੋ ਵਚਨ ਕਹੇ ਉਹ ਆਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਰਹੇ ਤੇ ਆਹ ਗੱਲ ਆਖੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਰਤਨ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਰਤਨ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਕੀਰਤਨ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਕੀਰਤਨ।
कीर्तन नानक नीत ना तू ना होने नित ना जायो दूसर सच पाशा जी कहा भाई तू जाना नहीं ਆ ਗਿਆ ਤੇ ਜਦੋਂ ਦੂਰ ਧਰਮਰਾਜ ਦੇ ਕੋਲ ਜਾ ਕੇ ਉਹਨੇ ਪਿਆਰ ਕੀਤੀ ਤਾਂ ਧਰਮਰਾਜ ਕਹਿੰਦਾ ਜੈ ਸਾਧੂ ਗੋਬਿੰਦ ਭਜਨ ਜਿੱਥੇ ਗੁਰੂ ਦੇ ਸਾਧੂ ਹੋਣ ਗੋਬਿੰਦ ਦਾ ਭਜਨ ਹੁੰਦਾ ਹੋਵੇ ਤੇ ਹਰੀ ਦੇ ਨਾਮ ਦਾ ਕੀਰਤਨ ਹੁੰਦਾ ਹੋਵੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਤੂੰ ਨਾ ਹੋ ਨੈ ਛੁਟੈ ਤੇ ਨਿਕਟਣਾ ਜਾਈਓ ਦੂਰ ਕਿਤੇ ਤੁਸੀਂ ਕਿਤੇ ਨੇੜੇ ਵੀ ਨਾ ਚਲੇ ਜਾਏ ਫੜ ਕੇ ਲਿਆਉਣ ਦੀ ਗੱਲ ਹੈ ਕਿਤੇ ਨਹੀਂ ਸੋ ਸਾਧ ਸਿੰਘ ਜੀ ਧਰਮ ਰਹੇ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਦੇਖ ਸੰਤ ਮੋਹਨ ਸਿੰਘ ਜੀ ਜਿਨ੍ਹਾਂ ਦਾ ਜੀਵਨ ਸਤਿਗੁਰ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਦਾ ਸੀ ਤੇ ਮੇਰਾ ਬੜਾ ਪਿਆਰ ਸੀ ਉਹਨਾਂ ਦੇ ਮੈਂ ਬੜਾ ਨੇੜੇ ਹੋ ਕੇ ਉਹਨਾਂ ਨੂੰ ਵੇਖਿਆ ਇਹ ਤਿੰਨ ਭਰਾ ਵੱਡੇ ਸੰਤ ਦਿਆਲ ਸਿੰਘ ਜੀ ਉਸ ਤੋਂ ਛੋਟੇ ਸੰਤ ਮੋਹਨ ਸਿੰਘ ਜੀ ਉਸ ਤੋਂ ਛੋਟੇ ਸੰਤ ਪ੍ਰੀਤਮ ਸਿੰਘ ਜੀ ਤਿੰਨਾਂ ਭਰਾਵਾਂ ਦੀ ਇੰਨੀ ਬਖਸ਼ਿਸ਼ ਮੈਂ ਉਸ ਵੇਲੇ ਸੰਤ ਹਰਨਾਮ ਸਿੰਘ ਜੀ ਵਾਲੇ ਕੋਲ ਰਹਿੰਦਾ ਹੁੰਦਾ ਸੀ ਜਿਹੜੇ ਸ੍ਰੀ ਭਾਈ ਸਾਹਿਬ ਦੇ ਵਿੱਚ ਲਾਂਗੜੀ ਸਨ ਤੇ ਉੱਥੇ ਇਹਨਾਂ ਮਹਾਂਪੁਰਖਾਂ ਨੇ ਜਾ ਕੇ ਸੇਵਾ ਕਰਨੀ ਗੁਰ ਕੀ ਮਾਤੂ ਲੈ ਕੇ ਆਣੇ ਭਗਤ ਬਿਨਾ ਬਹੁ ਡੁੱਬੇ ਸੀ ਗੁਰੂ ਦੀ ਮੱਤ ਲੈਣ ਵਾਸਤੇ ਸਤਿਗੁਰਾਂ ਦਾ ਦਰਸ਼ਨ ਕਰਨ ਵਾਸਤੇ ਸਾਧਗੁਰਾਂ ਦਾ ਦਰਸ਼ਨ ਕਰਨ ਵਾਸਤੇ ਇਹਨਾਂ ਨੇ ਪੈਣੀ ਸਾਹਿਬ ਜਾਣਾ ਤੇ ਬੜੀ ਸੇਵਾ ਕਰਨੀ ਇਹਨਾਂ ਨੇ ਪਿਤਾ ਸਰ ਸਤਕੇਰ ਸਿੰਘ ਜੀ ਜਹਿਦਾਰ ਕੇਰ ਸਿੰਘ ਜੀ ਕਈ ਵਾਰੀ ਉਹਨਾਂ ਦਾ ਦਰਸ਼ਨ ਕਰਨ ਦਾ ਸਮਾਂ ਮਿਲਿਆ ਤੇ ਉਹਨਾਂ ਦੀ ਬੜੀ ਬੰਦਗੀ ਸੀ ਤੇ ਇਹੋ ਜਿਹੜੇ ਸਾਧੂ ਹੁੰਦੇ ਨੇ ਨਾ ਉਹ ਸੇਵ ਕਰਕੇ ਤਾਂ ਚਲੇ ਜਾਂਦੇ ਨੇ ਪਰ ਆਪਣੇ ਸੁਭ ਗੁਣਾ ਕਰਕੇ ਸੰਸਾਰ ਤੇ ਹੁੰਦੇ ਇਹ ਜੇ ਸਾਧੂ ਮਰਦੇ ਨਹੀਂ ਤੇ ਸਾਧੂ ਪੜ੍ਹਦੇ ਹੁੰਦੇ ਆ ਬਈ ਉਹ ਸਭ ਦੁਨੀਆ ਮਰਦੀ ਸੰਤ ਨੀ ਮਰਦੇ ਸਾਧ ਨੀ ਮਰਦੇ ਦੁਨੀਆ ਮਰਦੀ ਹੈ ਸੰਤ ਨੀ ਮਰਦੇ ਸਾਧ ਨੀ ਮਰਦੇ ਓ ਮਰਦੇ ਸਾਧ ਨਹੀਂ
ਸਾਨੂੰ ਕਰੇ ਜਾਂਦੇ ਨੇ ਕਿਉਂਕਿ ਗੁਰਬਾਣੀ ਪਾਤਸ਼ਾਹ ਜੀ ਲਿਖਦੇ ਨੇ ਕਿ ਨਾਮ ਰਹੋ ਸਾਧੂ ਰਹੇ ਸਾਧ ਸੰਗਤ ਜਦੋਂ ਸਤਿਗੁਰੂ ਨਹੀਂ ਸੀ ਤੇ ਕੱਖ ਵੀ ਨਹੀਂ ਸੀ ਸੰਸਾਰ ਵਿੱਚ ਸਤਿਗੁਰੂ ਜਿਹੜਾ ਉਹ ਸਿੱਖ ਦੇ ਮਨ ਨੂੰ ਖੇਤ ਹੋ ਦਿੰਦਾ ਇੱਕ ਸਮੇਂ ਇੱਕ ਵਾਰ ਸਭ ਕਰੀ ਕਿਹਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੰਗਾਲ ਦੇ ਵਿੱਚ ਚਲੇ ਗਏ ਨੇ ਉੱਥੇ ਉਹਨਾਂ ਨੇ ਕਿਹਾ ਕਿ ਹਿੰਦੂ ਪੀਰ ਆਪਣੇ ਕੰਮ ਕਰ ਰਿਹਾ ਹੈ ਤਾਂ ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਆਪਣਾ ਹੀ ਪੰਥ ਚਲਾ ਰਹੇ ਹੋ ਤੇ ਅਸੀਂ ਤਾਂ ਇਸਲਾਮ ਧਰਮ ਦੇ ਬੜੇ ਵੱਡੇ ਠੇਕੇਦਾਰ ਤੇ ਤੁਸੀਂ ਇੱਥੇ ਕੀ ਕਰਨ ਵਾਲੇ ਹੋ ਜਦੋਂ ਇੰਨੀ ਗੱਲ ਆਖੀ ਨਾ ਤਾਂ ਸਤਸੰਗੀ ਹੋ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਤਾਂ ਸਾਧ ਸੰਗਤ ਦੇ ਦਰਸ਼ਨ ਵੀ ਨਹੀਂ ਕਰਨ ਵਾਸਤੇ ਇਹ ਗੱਲ ਪਹੁੰਚਦੀ ਕਿ ਇੱਕ ਹਿੰਦੂ ਪੀਰ ਆਇਆ ਤੇ ਉਹਨਾਂ ਦੇ ਵੱਡੇ ਦਸਗੀਰ ਤੱਕ ਗੱਲ ਪਹੁੰਚ ਗਈ ਇਹ ਸਾਰੇ ਇਕੱਠੇ ਹੋ ਕੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਗਏ ਤੇ ਦਸਗੀਰ ਦੇ ਕੋਲ ਜਦੋਂ ਚਲੇ ਗਏ ਨੇ ਤਾਂ ਕਹਿਣ ਲੱਗੇ ਕਿ ਤੁਸੀਂ ਆਪਣਾ ਇਹ ਕੀ ਕਰ ਰਹੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਜੋ ਮੈਨੂੰ ਗੋਬਿੰਦ ਜਿਉਂਦਾ ਮੈਂ ਉਹ ਕਰ ਰਿਹਾ ਉਹ ਕਹਿਣ ਲੱਗਾ ਮੇਰੀਆਂ ਤਿੰਨ ਗੱਲਾਂ ਦਾ ਜਵਾਬ ਦੇ ਦਿਓ ਤਾਂ ਮੈਂ ਮੰਨਾਂਗਾ ਵੀ ਤੁਹਾਡੇ ਪੀੜਾਂ ਵਾਲੀ ਕੋਈ ਗੱਲ ਕਿਉਂਕਿ ਇਹ ਡਿਗਰੀਆਂ ਨੇ ਔੜੀਆ ਪੀਰ ਫਕੀਰ ਹੱਦ ਦੱਪੇ ਔੜੀਆ ਤੇ ਹੱਦ ਦੱਪੇ ਪੀਰ ਹੱਦ ਹੱਦ ਜਿਹੜਾ ਦੋਵੇਂ ਡੱਬੇ ਤੇ ਉਹਦਾ ਨਾਂ ਫਕੀਰ ਫਕੀਰੀ ਬੜੀ ਦੂਰ ਹੈ ਫਕੀਰ ਬਣਨਾ ਬੜਾ ਔਖਾ ਇਹ ਕਹਿਣ ਲੱਗਾ ਵੀ ਮੇਰੀਆਂ ਤਿੰਨ ਗੱਲਾਂ ਦਾ ਜਵਾਬ ਦੇ ਦਿਓ ਤਾਂ ਮੈਂ ਮੰਨਾਂਗਾ ਤੁਹਾਡੇ ਚ ਪੀੜਾਂ ਵਾਲੀ ਕੋਈ ਗੱਲ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸ ਕਹਿਣ ਲੱਗਾ ਜੀ ਇਹ ਦੱਸੋ ਕਿ ਸਤਿਗੁਰੂ ਤੋਂ ਪਹਿਲਾਂ ਕੀ ਸੀ ਤੇ ਦੂਸਰੀ ਗੱਲ ਸਤਿਗੁਰੂ
ਤੂੰ ਰਹਿੰਦਾ ਕਿੱਥੇ ਹੈ? ਤੀਸਰੀ ਗੱਲ ਇਹ ਗੁਰੂ ਹੈ ਜਿਹੜਾ ਸਤਿਗੁਰੂ ਹੈ, ਕੋਈ ਕੰਮ ਵੀ ਕਰਦਾ ਕਿ ਵਿਹਲਾ ਹੀ ਰਹਿੰਦਾ? ਕਹਿ ਲੱਗਾ ਜੀ ਚੰਗਾ, ਤੇ ਜੇਕਰ ਤੂੰ ਮੇਰੀਆਂ ਤਿੰਨ ਗੱਲਾਂ ਦਾ ਜਵਾਬ ਨਾ ਨਾ ਦਿੱਤਾ ਤਾਂ ਇਹ ਵੇਖ ਲੈਣਾ ਕਿ ਇੱਥੇ ਅਸੀਂ ਸਜ਼ਾ ਬਣੀ ਦਿੰਦੇ ਗੋਡਿਆਂ ਤੱਕ ਮਿੱਟੀ ਵਿੱਚ ਖੜਾ ਕਰਕੇ ਇਨਸਾਨ ਨੂੰ ਉੱਤੇ ਵੱਡੇ ਮਾਰ ਮਾਰ ਕੇ ਉਹਦਾ ਬੁਰਾ ਹਾਲ ਕਰ ਦਿੰਦੇ ਨੇ। ਕਹਿਣ ਲੱਗੇ ਸਾਡੀ ਸ਼ਰ੍ਹਾਂ ਇਹ ਹੈ। ਇੱਕ ਅਸੀਂ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਇੱਕ ਵਾਰ ਸਾਹਿਬ ਬੈਠ ਕੇ ਕੋਲ ਧੰਨ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਹੈ ਮੇਰਾ ਪਾਤਸ਼ਾਹ, ਕਿਵੇਂ ਕਿਵੇਂ ਇਹ ਥਾਵਾਂ ਤੇ ਜਾ ਕੇ ਸਾਧ ਸੰਸਾਰ ਨੂੰ ਉਤਾਰੇ ਜਿੱਥੇ ਕੋਈ ਨਾਉਂ ਨੀ ਜਾਣਦਾ, ਉੱਥੇ ਜਾ ਕੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣਾ ਡੰਕਾ ਖੜਕਾਇਆ ਸਾਧ ਸੰਗਤ ਜੀ। ਤੇ ਕਹਿਣ ਲੱਗੇ ਇਸ ਤਰ੍ਹਾਂ ਕਰੋ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇੱਕ ਮੋਤੀਆਂ ਦਾ ਥਾਲ ਮੰਗਾ ਲਓ ਤੇ ਜਿਹੜੇ ਨਾਲ ਦੇ ਨੇ ਉਹ ਸੋਚਦੇ ਨੇ ਬਾਬੇ ਨੇ ਸੋਚਿਆ ਹੋਣਾ ਵੀ ਚੁੱਪ ਕਰਕੇ ਜਿਹੜੇ ਫੜ ਗਏ ਹੈ ਮਰ ਕੇ ਮੋਤੀ ਨੇ ਚੁੱਪ ਕਰਕੇ ਚੋਲੇ ਚ ਪਾ ਲਾਂਗੇ ਜੇਬ ਚ ਪਾ ਲਾਂਗੇ, ਪਰ ਨਹੀਂ ਇਹ ਜਦੋਂ ਥਾਲ ਮੰਗਾਇਆ ਗਿਆ ਤਾਂ ਹੁਣ ਦਸਤਗੀਰ ਨੂੰ ਕਹਿੰਦੇ ਨੇ ਵੀ ਗਿਣਤੀ ਕਰ, ਉਹ ਕਹਿੰਦਾ ਜੀ ਇੱਕ ਦੋ ਤਿੰਨ, ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਹੀਂ ਇਹ ਠੀਕ ਨੀ, ਦੁਬਾਰੇ ਕਰ ਗਿਣਤੀ। ਕਹਿਣ ਲੱਗਾ ਜੀ ਇੱਕ ਦੋ ਤਿੰਨ, ਸੱਚੇ ਪਾਤਸ਼ਾਹ ਕਹਿੰਦੇ ਨਹੀਂ ਇਹ ਠੀਕ ਨੀ। ਤੇ ਕਹਿੰਦੇ ਜੀ ਠੀਕ ਠੀਕ ਤਾਂ ਨੀ, ਮੈਂ ਗਿਣਤੀ ਸਹੀ ਕਰ ਰਿਹਾ। ਕਹਿੰਦੇ ਤੂੰ ਸਹੀ ਗਿਣਤੀ ਨਹੀਂ ਕਰ ਰਿਹਾ। ਕਹਿਣ ਲੱਗੇ ਵੀ ਦੁਬਾਰੇ ਗਿਣਿਆ, ਕਹਿੰਦਾ ਜੀ ਇੱਕ ਦੋ ਤਿੰਨ, ਉਹ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਕਹਿੰਦੇ ਅਜੇ ਵੀ ਤੇਰੀ ਗਿਣਤੀ ਠੀਕ ਨਹੀਂ। ਜਦੋਂ ਗਿਣਤੀ ਕਰਦਾ ਹੈ ਸਾਡੇ ਮਹਾਂਪੁਰਖ ਸੰਤ ਸਤਨਾਮ ਸਿੰਘ ਜੀ, ਜਿਹੜੇ ਹੁਣੇ ਥੋੜੇ ਸਮਾਂ ਪਹਿਲਾਂ ਕਹਿ ਲੱਗੇ ਦੁਬਾਰੇ ਫਿਰ ਗਿਣਤੀ ਕਰ। ਦਸਗੀਰ ਨੇ ਫਿਰ ਦੁਬਾਰੇ ਗਿਣਤੀ ਕੀਤੀ, ਕਹਿੰਦਾ ਜੀ ਇੱਕ ਦੋ ਤਿੰਨ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਠੀਕ ਨਹੀਂ ਹੈ। ਕਹਿਣ ਲੱਗੇ ਜੀ ਕਿਸ ਤਰ੍ਹਾਂ ਠੀਕ ਨਹੀਂ? ਕਹਿੰਦੇ ਇੱਕ ਤੋਂ ਪਹਿਲਾਂ ਕੀ ਸੀ? ਕਹਿੰਦਾ ਜੀ ਕੁਛ ਵੀ ਨਹੀਂ। ਜਦੋਂ ਇਹ ਕਿਹਾ ਨਾ ਕੁਛ ਵੀ ਨਹੀਂ, ਤੇ ਇੱਕ ਕੌਣ? ਇੱਕ ਓਮਕਾਰ, ਤੇ ਇੱਕ ਓਮਕਾਰ ਤੋਂ ਪਹਿਲਾਂ ਹੈ ਹੀ ਕੁਛ ਨਹੀਂ ਸੀ। ਸਭ ਗੱਲ ਕਿਹਾ ਕੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ, ਕਿਉਂਕਿ ਭਗਤ ਰਾਮ ਦੇਵਤਾ ਜੀ ਲਿਖਦੇ ਨੇ ਇੱਕ ਓਮਕਾਰ ਜੀ ਦਾ ਆਵੇ ਨਾ ਸਵਾਰ ਕੋਈ, ਕੁੱਲ ਜੀਵ ਜਗ ਜਿਹਨ ਰਚਨਾ ਰਚਾਈ ਹੈ। ਪੱਥਰਾਂ ਦੇ ਵਿੱਚ ਰੋਜੀ ਦੇਵੇ ਜਿਹੜਾ ਕੀੜਿਆਂ ਨੂੰ, ਜਲ ਥਲ ਵਿੱਚ ਉਹ ਆਪ ਹੀ ਸਹਾਈ ਹੈ। ਮਾਤਾ ਕੇ ਉਦਰ ਵਿੱਚ ਦੇਵ ਦਾ ਹੈ ਅਨ ਪਾਣੀ, ਦੀਨ ਕੇ ਦਿਆਲ ਕੈਸੀ ਰਚਨਾ ਬਣਾਈ ਹੈ, ਤੇ ਕਹੇ ਵਰਗੇ ਮੈਂ ਬਿਹਾਰੇ ਜਾਵਾਂ ਕੁਦਰਤਾਂ ਤੋਂ, ਇੱਕ ਫੋਟੋ ਨਾਲ ਦੂਜੀ ਫੋਟੋ ਨਾ ਬਣਾਈ। ਸੰਸਾਰ ਦੀ ਰਚਨਾ ਕੀਤੀ ਓਮਕਾਰ। ਕਹਿਣ ਲੱਗੇ ਇੱਕ ਓਮਕਾਰ ਤੋਂ ਪਹਿਲਾਂ ਹੈ ਹੀ ਕੁਛ ਨਹੀਂ। ਇਹ ਦਸਗੀਰ ਦੇ ਮਨ ਚ ਆਇਆ ਵੀ ਕੋਈ ਹੈ ਤਾਂ ਇਹ ਰੱਬੀ ਜੋਤ ਹੀ, ਤੇ ਮੇਰਾ ਅੱਜ ਕੱਲ੍ਹ ਕੋਈ ਇਹੋ ਜਿਹਾ ਸਵਾਲ ਹੱਲ ਨਹੀਂ ਕਰ ਸਕਿਆ। ਅਗੇ ਦੂਸਰਾ ਸਵਾਲ ਇਹ ਹੈ ਕਿ ਭਗਵਾਨ ਜਿਹੜਾ ਸੱਤੇ ਰਹਿੰਦਾ ਕਿੱਥੇ ਹੈ? ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਦੁੱਧ ਦਾ ਕਟੋਰਾ ਮੰਗਾਓ। ਉਹ ਦੁੱਧ ਲੈਣ ਦਾ ਉਹਨਾਂ ਨੇ ਕਟੋਰਾ ਭਰ ਕੇ ਜੋ ਦੁੱਧ ਦਾ ਕਟੋਰਾ ਭਰ ਲਿਆ ਦਾ ਨਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਿੱਚ ਕੁਝ ਹੈ।
ਤੇ ਦਸਤਗੀਰ ਆਪਦੇ ਪਹਿਰਕਾਰਾਂ ਨੂੰ ਸੱਦ ਕੇ ਕਹਿਣ ਲੱਗਾ ਵੀ ਕੁਛ ਮਿਲਾ ਕੇ ਤਾਂ ਨਹੀਂ ਦੁੱਧ ਚ ਲੈ ਆਏ। ਜੀ ਨਹੀਂ ਤੇ ਕਹਿਣ ਲੱਗਾ ਜੀ ਕੁਛ ਨਹੀਂ ਹੈ ਇਹਦੇ ਵਿੱਚ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਕੁਝ ਹੈ। ਕਹਿਣ ਲੱਗੇ ਜੀ ਇਹਦੇ ਵਿੱਚ ਕੁਛ ਵੀ ਨਹੀਂ। ਤੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦੁੱਧ ਦੇ ਵਿੱਚ ਘਿਓ ਹੈ ਨਾ, ਆ ਜਿਹੜੀ ਉੱਪਰ ਤਰਾਈ ਦੀ ਭਾਵਨਾ ਹੈ। ਹਾਂਜੀ ਕਹਿੰਦਾ ਘਿਓ ਤਾਂ ਹੈਗਾ, ਪਰ ਕਹਿੰਦਾ ਬਸ ਇਹੋ ਹੀ ਹੈ ਵੀ ਭਗਵਾਨ ਜਿਹੜਾ ਨਾ ਉਹ ਸੰਸਾਰ ਦੇ ਵਿੱਚ ਹੈ ਪਰ ਦਿਸਦਾ ਨਹੀਂ। ਦੁੱਧ ਦੇ ਵਿੱਚ ਘਿਓ ਹੁੰਦਾ ਪਰ ਆਪਾਂ ਨੂੰ ਦਿਸਦਾ। ਉਹ ਜਦੋਂ ਉਹਦੇ ਕਸਵੱਟੀ ਲੱਗਦੀ ਹੈ ਉਹਦਾ ਮਥਨ ਕੀਤਾ ਜਾਂਦਾ, ਦਹੀਂ ਜਮਾ ਕੇ ਉਹਨੂੰ ਰਿੜਕਿਆ ਜਾਂਦਾ, ਫਿਰ ਉਹ ਜਿਹੜਾ ਘਿਓ ਨਿਕਲਦਾ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਿਹੋ। ਤੇ ਤੀਸਰਾ ਸਵਾਲ ਕਹਿਣ ਲੱਗੇ ਜੀ ਜਿਹੜਾ ਭਗਵਾਨ ਆ ਉਹ ਕੀ ਕਰਦਾ ਹੈ। ਕਹਿਣ ਲੱਗੇ ਦਸਤਗੀਰ ਜਿੱਥੇ ਤੂੰ ਬੈਠਾ ਨਾ ਇਹਦੇ ਜਗ੍ਹਾ ਛੱਡ ਕੇ ਉਹਨੇ ਆਵੇ ਤੇ ਮੈਂ ਬੈਠ ਕੇ ਇੱਥੇ ਤੈਨੂੰ ਦੱਸਦਾ। ਕਹਿੰਦਾ ਇਹਦੀ ਨਾ ਜਦੋਂ ਦੋ ਗੱਲਾਂ ਸਾਂਝੀਆਂ ਹੋਈਆਂ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਤੇ ਇਹਦਾ ਕੁਝ ਮਨ ਦਾ ਵਿਸ਼ਵਾਸ ਬਣ ਗਿਆ ਵੀ ਵਾਕਈ ਪੀਰਾਂ ਵਾਲੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਤੇ ਕਹਿਣ ਲੱਗਾ ਜੀ ਦੱਸੋ। ਕਹਿਣ ਲੱਗਾ ਜਿਹੜੀ ਜਗ੍ਹਾ ਤੇ ਤੂੰ ਬੈਠਾ ਨਾ ਇਸ ਵੇਲੇ ਤੂੰ ਰਾਜਾ ਤੇ ਤੂੰ ਆਪਣੀ ਪਦਵੀ ਛੱਡ ਕੇ ਥੱਲੇ ਆ ਤੇ ਮੈਨੂੰ ਬੈਠਾ ਤੇ ਤੇਰੀ ਗੱਲ ਦਾ ਜਵਾਬ ਮੈਂ ਦੇ ਦਿੰਦਾ। ਕਹਿੰਦਾ ਜੀ ਕੋਈ ਗੱਲ ਨੀ, ਇਹ ਤਾਂ ਗੱਲ ਹੀ ਖਾਸ ਨੀ ਹੈ। ਇਹ ਉੱਠ ਕੇ ਥੱਲੇ ਹੋ ਗਿਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਗੱਡੀ ਤੇ ਬਿਰਾਜਮਾਨ। ਤੇ ਦੋ ਚਾਰ ਮਿੰਟਾਂ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ। ਜਦੋਂ ਬੈਠੇ ਰਹੇ ਨਾ ਤੇ ਇਹ ਕਹਿੰਦਾ ਜੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤੁਸੀਂ। ਕਹਿੰਦੇ ਨੇ ਜਵਾਬ ਮਿਲਿਆ ਜੀ? ਕਹਿੰਦੇ ਜੀ ਨਹੀਂ ਮਿਲਿਆ। ਕਹਿੰਦੇ ਦੱਸੋ। ਕਹਿੰਦੇ ਗੁਰੂ ਜਿਹੜਾ ਨਾ ਉਹ ਆਹ ਕੰਮ ਕਰਦਾ, ਜਿਹੜੀ ਗੱਡੀ ਤੇ ਤੂੰ ਬੈਠਾ ਸੀ ਨਾ ਉਸ ਗੱਡੀ ਤੇ ਮੈਂ ਬੈਠਾ ਤੇ ਇਹ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ। ਸਭ ਕੁਝ ਭਿਖਾਰੀ ਤੇ ਰਾਜ ਕਰਾਵੈ, ਰਾਜਾ ਦੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਮੂ ਤੇ ਪੰਡਿਤ ਦੇ ਮੂਰਖ। ਸਤਿਗੁਰ ਦੇ ਚਰਨਾਂ ਦੇ ਨਾਲ ਜੁੜਨਾ ਔਖਾ ਹੈ ਤੇ ਗੁਰੂ ਨਾਲ ਜਦੋਂ ਜੁੜ ਜਾਈਏ ਫਿਰ ਕੀ ਕਰਦਾ ਹੈ। ਗੁਰ ਲਾਗਾ ਤਬ ਜਾਣੀਐ ਮਿਟੇ ਮੋਹ ਧਨ ਪਾਪ। ਗੁਰ ਲਾਗਾ ਤਬ ਜਾਣੀਐ ਮਿਟੇ ਮੋਹ ਧਨ ਪਾਪ। ਗੁਰ ਲਾਗਾ ਤਬ ਜਾਣੀਐ Thank you.
संत मरे क्या रोइया